ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਪੈਂਦੇ ਥਾਣਾ ਰੰਗਰ ਨਗਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਨ ਵਾਲੇ ਇੱਕ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮੁਤਾਬਿਕ ਇਹ ਗੈਂਗ ਪਿਛਲੇ ਕਾਫੀ ਸਮੇਂ ਤੋਂ ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਿਆ। ਪੁਲਿਸ ਨੇ ਕੇਸ ਦਰਜ ਕਰਕੇ ਬਾਕੀ ਦੋ ਮੈਂਬਰਾਂ ਨੂੰ ਵੀ ਕਾਬੂ ਕਰਨ ਲਈ ਛਾਪਾਮਾਰੀ ਸ਼ੁਰੂ ਕਰਤੀ ਹੈ। ਫੜੇ ਗਏ ਆਰੋਪੀਆਂ ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਕਈ ਅਪਰਾਧਕ ਮਾਮਲੇ ਦਰਜ ਨੇ। ਚਾਰ ਬੰਦੇ ਸੀਗੇ ਮਰੂਤੀ ਕਾਰ ਤੇ ਇਹਨਾਂ ਨੇ ਹੈਪਨਿੰਗ ਕੀਤੀ ਹੈ, ਜਿਹਨਾਂ ਵਿੱਚ ਦੋ ਤਾਂ ਗ੍ਰਿਫਤਾਰ ਹੋ ਗਏ ਨੇ, ਇੱਕ ਤਾਂ ਗੁਰਿੰਦਰਜੀਤ ਸਿੰਘ ਘੱਸ ਪਿੰਡ ਦਾ, ਸੈਕੰਡਲੀ ਸੁਰਿੰਦਰ ਸਿੰਘ ਬਾਊ ਆ ਉਹ ਮੁਰਾਦਪੁਰੇ ਦਾ। ਜਿਹੜਾ ਸੁਰਿੰਦਰ ਸਿੰਘ ਬਾਊ ਆ ਉਹ ਪਹਿਲਾਂ ਹੀ ਅਜੇ 8 ਕੇਸਾਂ 'ਚ 9 ਕੇਸ ਉਹਦੇ ਖਿਲਾਫ ਦਰਜ ਨੇ, ਆਹ ਹੁਣ 10ਵਾਂ ਹੋਇਆ ਜੀ। ਤੋ ਦੋ ਉਹਨਾਂ ਦੇ ਜਿਹੜੇ ਮੁਰਾਦਪੁਰੇ ਦੇ ਆ, ਹਰਵਿੰਦਰ ਸਿੰਘ ਕਾਲਾ ਅਤੇ ਬਲਵਿੰਦਰ ਸਿੰਘ ਇਹਦਾ ਸਕਾ ਭਰਾ, ਉਹ ਭਗੌੜੇ ਨੇ।